हैलो, हाँ जी दोस्तों, सब तो पहला तुहानू सत श्री अकाल ते तुहाडे लई अज एक बिग सरप्राइज़। मैं पहुँच चुका पटियाला मार्केट ट्रैक्टर बाज़ार दे विच 382 नंबर दुकान ते। ये दुकान असैसरी दे समान दी, ते इत्थे ट्रैक्टरां दे सारयां दी आल असैसरी, लाइटां, बंपर, जिद्दां स्टेयरिंग तो लैके जिद्दां सिंगल वाले स्टेयरिंग हुंदे, हरेक तरह की वीर जी इत्थे असैसरी मिलदी आ। तो एक थोड़े लिए बिग सरप्राइज़ आ, तो मैं थोनू हुण ही वो सरप्राइज़ 2 मिनट के विच देण जा रहा। हाँ जी बाई जी, सब तो पहला तो सत श्री अकाल। तो बाई जी अपना शुभ नाम दसोंगे? मेरा जी शुभ नाम रजिंदर सिंह है जी। तो अपना दुकान का मतलब एड्रैस दसोंगे सानू? दुकान का शॉप नंबर है 382 नंबर जी, दशमेश ट्रैक्टर। तो अपना जिहड़ा मेन काम वो असैसरी का ही है सर? हाँ जी, सारा असैसरी का काम है साडा। तो एक तुहाडे कोले इत्थे वी मेन चीज़ आ जी, इतने मैं देख रहा भी ज़्यादातर को हॉलैंड ट्रैक्टर के जो जाली वाले सलांसर आ, जिन्हों का अच्कल बहुत ज़्यादा ट्रेंड चलता भी, वो बाजार के जानि कि ट्रैक्टर के मार्केट के 2500 तो लैके 2700 रुपए तक वह रेट लिया जाता। तो मैं थोड़ा इतों काफ़ी नाम सुन के आया भी मार्केट के कहते बहुत घट रेट दे रहे हो। हाँ जी वीर जी, साढ़े को कीमत है जी 1500 रुपये जी, सिर्फ 1500 रुपये, सिर्फ 1500 रुपये जी। ਸਲਾਂਸਰ ਦਾ ਬੈਲ ਕੋਲ ਓਰੀਜਨਲ ਹੀ ਹੈ ਨਾ? ਹਾਂਜੀ ਬਿਲਕੁਲ ਜੀ, ਬਿਲਕੁਲ ਓਰੀਜਨਲ। ਆਹ ਦੇਖੋ ਦੋਸਤੋ, ਬੈਲ ਕੋਲ ਹੀ ਓਰੀਜਨਲ ਹਾਲੈਂਡ ਦਾ ਸਲਾਂਸਰ ਆ, ਜਿਹਦੀ 2500 ਤੋਂ ਲੈ ਕੇ 2700 ਰੁਪਈਆ ਕੰਪਨੀ ਦੇ ਵਿੱਚ ਲਿਆ ਜਾਂਦਾ। ਜੇ ਆਪਾਂ ਮਾਰਕੀਟ ਦੇ ਵਿੱਚੋਂ ਵੀ ਇਹ ਸਲਾਂਸਰ ਲੈਂਦੇ ਹਾਂ ਤਾਂ ਇਹਦਾ ਕੰਮ ਸੇ ਕੰਮ 2400 ਤੋਂ ਘੱਟ ਤਾਂ ਇਹ ਮਿਲਦੇ ਨਹੀਂ। ਅਤੇ ਇਹ ਬਾਈ ਦੀ ਹੁਣ ਇਹ ਸਲਾਂਸਰ 1500 ਰੁਪਏ ਦਾ ਦੇ ਰਿਹਾ, ਸਿਰਫ ਹੀ 1500 ਦਾ। ਤੁਸੀਂ ਜਦੋਂ ਵੀ ਪਟਿਆਲੇ ਮਾਰਕੀਟ ਦੇ ਵਿੱਚ ਆਓ 382 ਨੰਬਰ ਦੁਕਾਨ 'ਤੇ ਜ਼ਰੂਰ ਵਿਜਿਟ ਕਰਨਾ ਤੁਸੀਂ। ਅਤੇ ਇੱਥੇ ਟਰੈਕਟਰ ਦੀ ਸਾਰੀ ਅਸੈਸਰੀ ਮਿਲਦੀ ਆ, ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਸਾਰੀ, ਹਰੇਕ ਤਰ੍ਹਾਂ ਦੀ ਇੱਥੇ ਸਟੇਅਰਿੰਗ ਆ, ਹਰੇਕ ਤਰ੍ਹਾਂ ਦੀ ਇੱਥੇ ਫੁੱਲ ਅਸੈਸਰੀ, ਜਿੱਦਾਂ ਬਾਹਰ ਦੇਖੋ ਸਟੇਅਰਿੰਗ ਵਗੈਰਾ ਸਾਰਾ ਕੁਛ, ਜਿੱਦਾਂ ਸਲਾਂਸਰ ਪਾਇਆ, ਸੀਟਾਂ ਪਈਆਂ, ਜੌਂਡੀਅਰ ਦੀਆਂ ਪਈਆਂ, ਸੋਨਾ ਲੀਕਾ ਫਾਰਮ ਟਰੈਕ, ਅਤੇ ਆਹ ਹੋਰ ਵੀ ਜਾਲੀ ਵੀ ਪਈ ਆ, ਅਤੇ ਕਾਫੀ ਤਰ੍ਹਾਂ ਦੀ ਬਾਈ ਜੀ ਉਹਨਾਂ ਕੋਲ ਅਸੈਸਰੀ ਆ। ਲਿਕਟਾਂ ਦੀ ਅਸੈਸਰੀ ਤਾਂ ਤੁਸੀਂ ਸਾਰੀ ਆਲ ਹੀ ਕਹਿ ਸਕਦੇ ਹੋ, ਆਲ ਟਰੈਕਟਰ ਦੀ ਅਸੈਸਰੀ ਇੱਥੋਂ ਮਿਲਦੀ ਆ। ਅਤੇ ਸਭ ਤੋਂ ਵੱਡਾ ਜਿਹੜਾ ਸਰਕ ਆਈ ਆ ਅੱਜ ਦਾ ਤੁਹਾਡੇ ਲਈ ਸੀਗਾ, ਉਹ ਸੀਗਾ ਇਹ ਸਲਾਂਸਰ। ਅਤੇ ਦੋਸਤੋ, ਕਮ ਸੇ ਕਮ 1000 ਰੁਪਏ ਦਾ ਫਰਕ, ਇੱਕ ਤਾਂ 1921 ਦਾ ਹੁੰਦਾ ਇਹ, ਜ਼ਮੀਨ ਅਸਮਾਨ ਦਾ ਫਰਕ ਆਪਾਂ ਕਹਿ ਸਕਦੇ ਹਾਂ ਸਲਾਂਸਰ ਦੇ ਰੇਟ ਦੇ ਵਿੱਚ। 100-200 ਤਾਂ ਚਲੋ ਇੱਧਰ ਇੱਧਰ ਹੁੰਦਾ, ਕਿੱਥੇ 2700 ਰੁਪਈਆ, 2500 ਅਤੇ ਕਿੱਥੇ 1500। ਅਤੇ ਮੈਨੂੰ ਤਾਂ ਬਾਈ ਜੀ ਹੋਣਾ ਦਾ ਵੀ ਜਿਹੜੀ ਡੀਲ ਹੈ ਬਹੁਤ ਵਧੀਆ ਲੱਗੀ, ਮੈਂ ਸਲਾਂਸਰ ਬਾਈ ਜੀ ਹੋਣਾ ਤੋਂ ਅੱਜ ਆਪਦੇ ਟਰੈਕਟਰ ਲਈ ਬਾਏ ਕਰ ਰਿਹਾ। ਅਤੇ ਤੁਸੀਂ ਜਦੋਂ ਵੀ ਪਟਿਆਲੇ ਮਾਰਕੀਟ ਦੇ ਵਿੱਚ ਆਉਂ ਤਾਂ ਇੱਥੇ ਦੁਕਾਨ 'ਤੇ ਜ਼ਰੂਰ ਵਿਜ਼ਿਟ ਕਰਨਾ। ਅਤੇ ਬਾਈ ਜੀ, ਤੁਸੀਂ ਹੋਰ ਕਹਿਣਾ ਚਾਹੋਗੇ ਕੁਛ? ਨਹੀਂ ਵੀਰ ਜੀ, ਸਾਡੇ ਕੋਲ ਅਸੈਸਰੀ ਹਰੇਕ ਤਰ੍ਹਾਂ ਦਾ ਸਮਾਨ ਮਿਲ ਜਾਂਦਾ, ਇੱਕ ਵਾਰੀ ਆਓ, ਦਰਸ਼ਨ ਦਿਓ, ਦੇਖੋ। ਅਤੇ ਜਿਹੜੀ ਹੋਰ ਵੀ ਅਸੈਸਰੀ ਆ ਜਿਹੜਾ ਸਾਡਾ ਚੈਨਲ ਰਾਹੀਂ ਨਾਂ ਲੈਣਗੇ ਵੀ ਤਾਂ ਅਸੀਂ ਵੀਡੀਓ ਦੇਖ ਕੇ, ਅਤੇ ਉਹਨਾਂ ਲਈ ਤੁਸੀਂ ਡਿਸਕਾਊਂਟ ਵਗੈਰਾ ਤੁਸੀਂ ਦਿਓਗੇ? ਬਾਈ ਜੀ ਦੇ ਜ਼ਰੂਰ ਦੇ ਦਾਂਗੇ ਜੀ। ਠੀਕ ਆ ਦੋਸਤੋ, ਬਾਈ ਜੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ ਜਿਹੜੇ ਇਹ ਵੀਡੀਓ ਵੇਖ ਕੇ ਆਪਣੇ ਚੈਨਲ ਦਾ ਨਾਮ ਲੈ ਕੇ ਓਲਡ ਸੌਂਗਸ ਐਂਡ ਪੰਜਾਬੀ ਵਲੋਗਰ ਦਾ ਨਾਮ ਲੈ ਕੇ ਬਾਈ ਜੀ ਹੋਣਾ ਕੋਲ ਆਉਣਗੇ ਤਾਂ ਬਾਈ ਜੀ ਕਹਿੰਦੇ ਅਸੀਂ ਜ਼ਰੂਰ ਡਿਸਕਾਊਂਟ ਕਰਾਂਗੇ। ਜੇ 1500 ਦਾ ਸਲਾਂਸਰ ਆ ਤਾਂ ਹੋ ਸਕਦਾ ਤੁਹਾਨੂੰ ਬਾਈ ਜੀ ਥੋੜ੍ਹਾ ਬਹੁਤਾ ਹੋਰ ਤੁਹਾਡਾ ਮਾਣ ਤਾਣ ਕਰ ਦੇਣ। ਅਤੇ ਥੈਂਕ ਯੂ ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ ਨਾਲ, ਧੰਨਵਾਦ।